दोस्तों ब्रेक तो बाद एक बार फिर स्वागत है तुहाडा अपना इस प्रोग्राम अज दा मुद्दा दे विच। ते अज दे इस मुद्दे प्रोग्राम च असी गाथा तुहानू सुना रहे हां, हकीकत दस रहे हां गुजरात दे पंजाबी किसानां दी, उन्हां परिवारां दी, उन्हां 550 परिवारां दी जिहड़े विचारे अज तो 40 साल पहलां गुजरात नू कूच कर गए सन अपने वधिया भविख वास्ते, लेकिन अज की हो रहा है कि उन्होंने धक्के मार के जिहड़ा गुजरात चो कढ़न दी कोशिश कर रही है, जिहड़ियां जमीनां बंजर जमीनां नू उन्होंने आबाद किया अपने पसीने नाल अपनी मेहनत नाल, अज बंजर जमीन होने तो बाद उन्होंने कहा जा रहा है कि ये ताड़ियां जमीन नहीं, तुसी इस तो बाहर चले जाओ। मेरे नाल इस ते वधेरे गल करन लई किसान संघर्ष कमेटी पंजाब दे प्रधान सतनाम सिंह पन्नू जी मेरे नाल फोन लाइन ते मौजूद ने, उन्होंने गल करते हैं। सत श्री अकाल पन्नू साहब। हाँ जी सत श्री अकाल जी। पन्नू साहब, किसानों के हालात जिहड़े ने भावें पंजाब की गल कर लिए, हिंदुस्तान के किसी भी कोने की गल कर लिए, कभी भी ठीक दी जड़े सानू समाचार नहीं मिले, पर अज गुजरात के किसानों नाल जो कुछ हो रहा है हिंदुस्तान की सारे जो किसान है उन्हें जाके जमीन बाद कीतिया, बंजर कुटे, जंगल कुटे जी, तरक्की हिस्सा पाया उन्होंने लोगों ने जी। गुजरात इसे तरह अच्छे 40 साल पहला पंजाब चो लोग गए, उन्होंने जाके अपन जमीन जो बंजर जमीन लैके उन्होंने पुट के बाद किया, अपना भी गुजारा कर रहे हैं, देश के अन्न भंडार भी अपना जो योगदान पा रहे हैं जी। पर मोदी सरकार जी उन्होंने जाना कर रही उसे जो चीफ मिनिस्टर से उदो भी हूं भी उन्होंने उतो क्ढण के मनसूबे बनाए जा रहे हैं जी। हालांकि वो केस जरा अदालत के लगा हुआ सी, उन्होंने बकायदा रजिस्ट्रिया वा, बकायदा उन्होंने को मालकी आके वो गुजरात जरा लगा हुआ सी अदालत के केस हाईकोर्ट तक गया, फैसला किसानों के हक में आया जी। पर जी गुजरात की सरकार है उन्हें सुप्रीम कोर्ट के वो केस पाया हुआ दोबारा, तो वो कोई भी फैसला नहीं आया, पर उस पहला ही जी उतों की अफसरशाही आ जे गुंडा माफिया वा माफिया गुजरात का ਮੰਤਰੀ ਸੰਤਰੀ ਜਿਹੜੇ ਉੱਥੋਂ ਦੇ ਆ ਉਹਨਾਂ ਨੇ ਰਲ ਕੇ ਤੇ ਕਿਸਾਨਾਂ ਨੂੰ ਕੱਢਣ ਦੇ ਜਿਹੜੇ ਮਨਸੂਬੇ ਬਣਾਏ ਹੋਏ ਆ ਉਹਨਾਂ ਨੂੰ ਡਰਾ ਧਮਕਾ ਕੇ ਉੱਥੋਂ ਭਜਾਇਆ ਜਾ ਰਿਹਾ, ਉਹਨਾਂ ਦੇ ਪਰਚੇ ਕੀਤੇ ਜਾ ਰਹੇ ਆ ਜੋ ਕਿ ਬਹੁਤ ਵੱਡਾ ਜੁਰਮ ਆ ਤੇ ਜਬਰ ਆ ਇਹ ਪੰਨੂ ਸਾਹਿਬ ਦੇ ਖਿਲਾਫ ਜੀ। ਪੰਨੂ ਸਾਹਿਬ, ਲੇਕਿਨ ਇਹਦੇ ਚ ਜਿਹੜੇ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਲੁਧਿਆਣੇ ਦੇ ਵਿੱਚ ਰੈਲੀ ਆ ਕੇ ਸੰਬੋਧਨ ਕਰਦੇ ਨੇ, ਉਹਨਾਂ ਨੂੰ ਦਸਤਾਰ ਉੱਥੇ ਜਿਹੜੀ ਭੇਟ ਕੀਤੀ ਜਾਂਦੀ ਹੈ ਸਾਡੀਆਂ ਸਰਕਾਰਾਂ ਵੱਲੋਂ, ਤੇ ਉੱਥੇ ਉਹ ਵਾਅਦਾ ਕਰਦੇ ਨੇ ਕਿ ਮੈਂ ਕਿਸੇ ਪੰਜਾਬੀ ਨੂੰ ਜਿਹੜਾ ਵਾਪਸ ਨਹੀਂ ਆਉਣ ਦੇਵਾਂਗਾ, ਉਹਦੇ ਬਾਰੇ ਕੀ ਕਹੋਗੇ? लेकिन पन्नू साहब, ਤੁਹਾਡਾ ਜਿਹੜਾ ਤੁਸੀਂ ਕਾਫੀ ਲੰਮੇ ਸਮੇਂ ਤੋਂ ਜਿਹੜਾ ਸੰਘਰਸ਼ ਜਿਹੜਾ ਕਿਸਾਨਾਂ ਦੇ ਹੱਕਾਂ ਲਈ ਜਿਹੜਾ ਚਲਾਉਂਦੇ ਆ ਰਹੇ ਹੋ, ਅੱਜ ਤੁਸੀਂ ਇਹ ਗੁਜਰਾਤ ਦੇ ਜਿਹੜੇ ਪੁਰਾਣੇ ਇਹਨਾਂ ਨੂੰ ਕਿਤਨਾ ਇਹਨਾਂ ਦੀ ਮਦਦ ਕਰਨ ਦਾ ਜਿਹੜਾ ਪਲਾਨ ਕਰ ਰਹੇ ਹੋ? ਹਾਂ, ਇਸ ਦੇ ਖਿਲਾਫ ਅਸੀਂ ਮਤਲਬ ਆਪਣੀਆਂ ਜਿਹੜੀਆਂ ਸਾਡੀਆਂ ਆਪਣੇ ਜਿਹੜੇ ਕੱਟ ਹੋ ਰਹੇ ਆ ਪੰਜਾਬ ਦੇ ਵਿੱਚ ਇਧਰ ਜੀ, ਅਸੀਂ ਉਹਨਾਂ 'ਚ ਇਹਨਾਂ ਦੇ ਮਤੇ ਵੀ ਪਾ ਰਹੇ ਆ, ਜਿਹੜੇ ਹੱਕ 'ਚ ਮਤੇ ਪਾ ਰਹੇ ਆ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੀਟਿੰਗ ਕਰਕੇ ਜਿਹੜੀ ਆ ਮੀਟਿੰਗ ਸਾਡੀ ਕਰਕੇ ਤੇ ਇਹਦੇ ਖਿਲਾਫ ਜਿਹੜਾ ਵਾ ਸੰਘਰਸ਼ ਦਾ ਐਲਾਨ ਕਰਾਂਗੇ। ਬਾਦਲ ਮੋਦੀ ਸਰਕਾਰ ਦੇ ਬਾਦਲ ਸਰਕਾਰ ਦੇ ਪੁਤਲੇ ਫੂਕੇ ਜਾਣਗੇ ਪੰਜਾਬ ਭਰ 'ਚ। ਲੇਕਿਨ ਅਗਰ ਕਿਹਾ ਜਾਵੇ ਕਿ ਜਿਹੜੇ ਇਹਨਾਂ ਕਿਸਾਨ ਪਰਿਵਾਰਾਂ ਨੇ, ਕਿਉਂਕਿ ਉਹ ਤਾਂ ਦੋ ਦੋ ਜੀ ਗਏ ਸੀ ਇੱਕ ਇੱਕ ਪਰਿਵਾਰ ਦੇ, ਅੱਜ ਉਹ 25-25 ਤੋਂ 30-30 ਜੀ ਹੋ ਗਏ ਨੇ, ਵੱਡੇ ਪਰਿਵਾਰ ਹੋ ਗਏ ਨੇ, ਅੱਜ ਉਹ ਸਾਰੇ ਖਾਲੀ ਹੱਥਾਂ ਜਦੋਂ ਉਹਨਾਂ ਨੂੰ ਵਾਪਸ ਭੇਜਿਆ ਜਾ ਰਿਹਾ, ਤੁਹਾਨੂੰ ਲੱਗਦਾ ਕਿ ਇਹ ਲੋਕ ਆਪਣਾ ਜਿਹੜਾ ਰੋਜ਼ੀ ਰੋਟੀ ਵੀ ਚਲਾਉਣ ਦੇ ਜਿਹੜੇ ਲਾਇਕ ਹੈਗੇ ਨੇ? ਹਾਂ, ਉਹ ਦੇਖੋ ਉਹਨਾਂ ਦੇ ਉੱਤੇ ਪਰਿਵਾਰ ਗਏ ਹੋਗਾ, ਪਰਿਵਾਰ ਵੱਡੇ ਹੋ ਗਏ, ਮਤਲਬ ਗਾੜੀ ਉਹਨਾਂ ਕੋਲ ਜਿਹੜਾ ਉਹਨਾਂ ਦਾ ਗੁਜ਼ਾਰਾ ਉਹ ਜ਼ਮੀਨ ਦੇ ਉੱਤੇ ਹੀ ਹੈ, ਜਦੋਂ ਉਹਨਾਂ ਨੂੰ ਕੱਢਿਆ ਜਾ ਰਿਹਾ ਉਹ ਬੇਰੁਜ਼ਗਾਰ ਹੋ ਗਏ, ਖੁਦਕੁਸ਼ੀਆਂ ਦੇ ਰਸਤੇ ਤੇ ਪੈਣਗੇ, ਮੌਤ ਨੂੰ ਆਪਣੇ ਗਲੇ ਲਗਾਉਣਗੇ। ਲੇਕਿਨ ਕੀ ਉਮੀਦ ਕਰਦੇ ਹੋ ਤੁਸੀਂ ਸਾਡੇ ਪੰਜਾਬ ਸਰਕਾਰ ਦੇ ਜਿਹੜੇ ਬਿਆਨ ਆਏ ਨੇ ਪਿਛਲੇ, ਕਿਉਂਕਿ 5 ਸਾਲਾਂ ਦੀ ਅਸੀਂ ਗੱਲ ਕਰੀਏ, ਬਹੁਤ ਵੱਡੇ ਵੱਡੇ ਜਿਹੜੇ ਬਿਆਨ ਆਏ, ਲੇਕਿਨ ਉਹਨਾਂ ਦੀ ਹਕੀਕਤ 'ਚ ਉਹ ਕਿਤੇ ਵੀ ਕਨਵਰਟ ਨਹੀਂ ਹੋਏ, ਕੀ ਉਹਨਾਂ ਬਾਰੇ ਕੀ ਕਹੋਗੇ? ਪੰਜਾਬ ਸਰਕਾਰ ਤੋਂ ਕੋਈ ਉਮੀਦ ਕਰਨੀ ਬੇਮਾਨੀ ਆ, ਕੋਈ ਉਮੀਦ ਨਹੀਂ ਰੱਖਣੀ ਚਾਹੀਦੀ। ਅੱਛਾ ਜੀ, ਕੁਛ ਨਹੀਂ ਕਰਨਗੇ, ਕਿਉਂਕਿ ਇਹ ਮੋਦੀ ਸਰਕਾਰ ਤੋਂ ਆਪਣੇ ਮਫਾਦਾਂ ਦੇ ਵਿੱਚ ਆਪਣੇ ਨਿੱਜੀ
ਜਿੱਦੀ ਜਿਹੜੇ ਮਾੜੇ ਮੋਟੇ ਲੈਣ ਵਾਸਤੇ ਨਾਲ ਲੱਗੇ ਹੋਏ ਆ, ਕਿਉਂਕਿ ਇਹ ਕੁਛ ਵੀ ਉਸ ਕੋਲ ਬਣਾ ਨਹੀਂ ਸਕਦੇ। ਲੇਕਿਨ ਫਿਰ ਸਰਕਾਰ ਤੋਂ ਇਹ ਕੁਛ ਵੀ ਬਣਾ ਨਹੀਂ ਸਕਦੇ, ਨਾ ਇਹ ਸਿਆਸੀ ਵਿੱਚ ਆ, ਨਾ ਇਹ ਮਨਾਉਣ ਜੋਗੇ ਆ, ਇਹਨਾਂ ਦੀ ਨੀਤੀ ਵੀ ਨਹੀਂ ਹੈਗੀ, ਇਹਨਾਂ ਦੀ ਕਿਸਾਨਾਂ ਨੂੰ ਬਚਾਉਣ ਦੀ ਕਦੇ ਵੀ ਨੀਤੀ ਨਹੀਂ ਹੈ। ਤੇ ਇਹ ਤੋਂ ਬਸ ਜਿਹੜੇ ਆ ਕਿਸਾਨ ਵਿਰੋਧੀ ਚਿਹਰਾ ਆ ਜਿਹੜਾ ਬਾਦਲ ਵੀ ਆ। ਲੇਕਿਨ ਪੰਨੂ ਸਾਹਿਬ, ਇਸ ਵੇਲੇ ਤੁਹਾਨੂੰ ਪੂਰੇ ਅਮਰੀਕਾ ਕੈਨੇਡਾ ਦੀਆਂ ਜਿਹੜੀਆਂ ਇੱਥੋਂ ਦੇ ਜਿੰਨੇ ਵੀ ਸਾਡੇ ਪੰਜਾਬੀ ਬੋਲਦੇ ਪਰਿਵਾਰ ਨੇ ਸਾਰੇ ਤੁਹਾਨੂੰ ਸੁਣ ਰਹੇ ਨੇ, ਤੁਸੀਂ ਕੀ ਇਹਨਾਂ ਕਿਸਾਨਾਂ ਦੀ ਜਿਹੜੀ ਆ ਹਕੀਕਤ ਇਹਨਾਂ ਦੇ ਸਾਹਮਣੇ ਪੇਸ਼ ਕਰਨਾ ਚਾਹੋਗੇ, ਕਿਉਂਕਿ ਤੁਸੀਂ ਇਹਨਾਂ ਨੂੰ ਜਿਹੜਾ ਬੜੇ ਲੰਮੇ ਸਮੇਂ ਤੋਂ ਜਿਹੜਾ ਰੀਪ੍ਰੈਜੈਂਟ ਕਰਦੇ ਆਏ ਹੋ, ਕੀ ਕਹੋਗੇ ਇਹਨਾਂ ਬਾਰੇ? ਬਿਲਕੁਲ ਕਿਸਾਨਾਂ ਦਾ ਜਿਹੜਾ ਕੀਤਾ ਜਾ ਰਿਹਾ, ਜੇ ਗੁਜਰਾਤ ਚ ਕੀਤਾ ਜਾ ਰਿਹਾ ਤਾਂ ਯੂਪੀ ਚੋਂ ਕਰਨਗੇ, ਮੁੜ ਕੇ ਦੂਜੇ ਸੂਬਿਆਂ ਚੋਂ ਕਰਨਗੇ। ਜਿਹੜੀ ਰਵਾਇਤ ਪੈ ਰਹੀ ਬਹੁਤ ਮਾੜੀ ਆ, ਤੇ ਇਹਦੀ ਅਸੀਂ ਪਰਸਤ ਜਿਹੜੀ ਨਿੰਦਿਆ ਕਰਦੇ, ਇਹੋ ਜਿਹੀ ਮਤਲਬ ਨਿੰਦਿਆ ਕਰਦੇ ਇਹਦੀ, ਇਹ ਸਰਕਾਰ ਦੀ, ਮੋਦੀ ਸਰਕਾਰ ਦੀ। ਤੇ ਇਹਦੇ ਚ ਇਹ ਆ ਤੇ ਇਹਨਾਂ ਤੋਂ ਆਸ ਕਰਦੇ ਆ ਵੀ ਬਾਹਰਲੇ ਜਿਹੜੇ ਵਿਦੇਸ਼ੀ ਜਿਹੜੇ ਵਿਦੇਸ਼ਾਂ 'ਚ ਵੱਸਦੇ ਆ ਪੰਜਾਬ ਦੇ ਲੋਕ, ਉਹਨਾਂ ਨੂੰ ਵੀ ਉਹ ਵੀ ਆਪਣਾ ਦਬਾਅ ਬਣਾਉਣ ਸਰਕਾਰ ਦੇ ਉੱਤੇ, ਆਪਣੀ ਜਿਹੜਾ ਵਾ ਇਹਨਾਂ ਇਹਨਾਂ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਆ, ਜਿਹੜੇ ਆਪਣੇ ਜਿਹੜੇ ਪੀੜਤ ਕਿਸਾਨ ਆ। ਤੇ ਅਸੀਂ ਵੀ ਸਾਡਾ ਆਪਣਾ ਪੂਰਾ ਯੋਗਦਾਨ ਇਹਦੇ 'ਚ, ਆਪਣਾ ਪੂਰਾ ਜਥੇਬੰਦੀਆਂ ਨੂੰ ਜੋ ਵੀ ਅਸੀਂ ਕਰ ਸਕਦੇ ਹੋ ਇਹ ਕਰਾਂਗੇ। ਬਹੁਤ ਬਹੁਤ ਧੰਨਵਾਦ ਪੰਨੂ ਸਾਹਿਬ, ਕਿਉਂਕਿ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਹੈ। ਮੈਨੂੰ ਇਸ ਵੇਲੇ ਪਤਾ ਕਿ ਤੁਸੀਂ ਸੰਘਰਸ਼ ਵੱਲ ਹੀ ਜਾ ਰਹੇ ਹੋ, ਲੇਕਿਨ ਇਹਦੇ ਵਿੱਚ ਜਿਹੜਾ ਤੁਸੀਂ ਸਾਨੂੰ ਸਮਾਂ ਦਿੱਤਾ ਇਹਦੇ ਲਈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਹਾਂਜੀ ਧੰਨਵਾਦ ਜੀ, ਧੰਨਵਾਦ ਜੀ। ਇਹ ਸਨ ਕਿਸਾਨ ਸੰਘਰਸ਼ ਕਮੇਟੀ ਦੇ, ਜਿਹਨਾਂ ਕਿ ਪੰਜਾਬ ਦੇ ਵਿੱਚ ਕਿਸਾਨਾਂ ਦੇ ਹੱਕਾਂ ਵਾਸਤੇ ਬੜੇ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆਏ ਆ, ਉਹਨਾਂ ਦੀ ਜਿਹੜੀ ਹੈ ਤੁਹਾਡੇ ਨਾਲ ਗੱਲਬਾਤ ਜਿਹੜੀ ਆ ਤੁਹਾਡੇ ਨਾਲ ਕਰਾਈ, ਤੁਹਾਨੂੰ ਦੱਸਿਆ ਕਿ ਅਸਲ ਦੇ ਵਿੱਚ ਕੀ ਹਾਲਾਤ ਨੇ ਪੰਜਾਬ ਦੇ ਵਿੱਚ, ਅਤੇ ਨੈਚੁਰਲੀ ਗੁਜਰਾਤ ਦੇ ਵਿੱਚ ਇਹਨਾਂ ਦੇ ਕਿਸਾਨਾਂ ਦੇ ਨਾਲ ਕੀ ਕੁਛ ਹੋ ਰਿਹਾ। ਸੋ ਤੁਹਾਡੀਆਂ ਕਾਲਸ ਲੈਣੀਆਂ ਵੀ ਸ਼ੁਰੂ ਕਰਦੇ ਹਾਂ, ਸਕਰੀਨ ਦੇ ਉੱਤੇ ਨੰਬਰ ਆ ਰਿਹਾ 7187867522। ਬ੍ਰੇਕ ਤੋਂ ਜਾਣ ਤੋਂ ਪਹਿਲਾਂ ਤੁਹਾਡੇ ਨਾਲ ਦੋ ਗੱਲਾਂ ਜਿਹੜੀਆਂ, ਦੋ ਕਾਲ ਜ਼ਰੂਰ ਲੈ ਲੈਂਦੇ ਹਾਂ ਕਿਉਂਕਿ ਬਹੁਤ ਸਾਰੇ ਕਾਲਰਸ ਜਿਹੜੇ ਆਲਰੇਡੀ ਕਾਲਾਂ ਆ ਗਈਆਂ ਹੋਈਆਂ ਨੇ। ਹੈਲੋ, ਹਾਂ ਵੀ ਮਨੀਸ਼ ਜੀ, ਬੇਟੇ ਸਤਿ ਸ਼੍ਰੀ ਅਕਾਲ ਜੀ। ਵੀ ਜੀ ਸਾਸਿਕਾ, ਤੈਨੂੰ ਲੱਖਾਂ ਕਰੋੜਾਂ ਪਿਆਰ, ਤੈਨੂੰ ਬਹੁਤ ਵਧੀਆ, ਤੁਸੀਂ ਗੰਭੀਰ ਮੁੱਦਾ ਲੈ ਕੇ ਆਏ ਹੋ। ਧੰਨਵਾਦ ਜੀ ਬਹੁਤ ਬਹੁਤ। ਵਿਚਾਰੇ ਜਿਹੜੇ ਕਿਸਾਨ ਸਿੱਖ ਹੈ ਉਹ ਕਿੱਧਰ ਨੂੰ ਜਾਣ, ਰੋਜੀ ਰੋਟੀ ਤਾਂ ਉਹਨਾਂ ਨੇ ਖਾਣੀ, ਪਰਿਵਾਰ ਵੱਡੇ ਹੋ ਗਏ। ਜੇ ਆਪਣੇ ਪੰਜਾਬ ਸਰਕਾਰ ਨੂੰ ਚਾਹੀਦਾ ਵੀ ਦੂਜਾ ਵੀ ਆਏ ਨਹੀਂ ਕਰਾਉਣਾ ਚਾਹੀਦਾ, ਇਹ ਤਾਂ ਬਸ ਅੱਗੇ ਅੰਨਾ ਵੰਡੇ ਸੀਰ ਨਹੀਂ ਤੇ ਮੁੜ ਮੁੜ ਕਰ ਜਾਂਦੇ ਅੱਗੇ ਲੋਕ ਸੇਵਾ, ਰਾਜ ਸੇਵਾ, ਅਜੇ ਰਾਜ ਲੋਕ ਸੇਵਾ ਹੈ, ਇਹ ਕੀ ਸਵਾਹ ਲੋਕ ਸੇਵਾ ਹੈ। ਮੈਂ ਤਾਂ ਬੇਟੇ ਬਸ ਇਹੀ ਆਖੂੰਗੀ ਵੀ ਦੇਖ, ਆਪਣੇ ਇਕੱਲੇ ਗੁਜਰਾਤ ਚ ਨਹੀਂ ਹੈਗੇ, ਯੂਪੀ ਚ ਵੀ ਹੈਗਾ, ਆਸਾਮ ਚ ਵੀ ਹੈ, ਉੜੀਸਾ ਚ ਵੀ ਹੈ, ਸਾਰੇ ਸਟੇਟਾਂ ਵਿੱਚ। ਉਹੀ ਗੱਲ ਹੈ ਨਾ ਕਿ ਜੇ ਗੁਜਰਾਤ ਤੋਂ ਇੱਕ ਕਰਵਾਤ ਸ਼ੁਰੂ ਹੋ ਗਈ ਤੇ ਕਿਤੇ ਵੀ ਰੁਕਣ ਦਾ ਇਹਨੇ ਨਾਂ ਨਹੀਂ ਲੈਣਾ, ਇਹਨੂੰ ਕਿਤੇ ਨਾ ਕਿਤੇ ਜਿਹੜਾ ਰੋਕਣਾ ਪੈਣਾ ਹੈ, ਕਿਉਂਕਿ ਆਪਣੇ ਆਪ ਚ ਬਹੁਤ ਗਲਤ ਜਿਹੜੀ ਇੱਕ ਪਾਲਿਸੀ ਅਡੋਪਟ ਕੀਤੀ ਜਾ ਰਹੀ ਹੈ, ਕਿਉਂਕਿ ਪੰਜਾਬੀਆਂ ਨੂੰ ਜਿਹੜਾ ਕਿਤੇ ਨਾ ਕਿਤੇ ਜਿਹੜਾ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ, ਆਪਣੇ ਆਪ ਚ ਬਹੁਤ ਗਲਤ ਹੈਗੀ ਹੈ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਹੈਲੋ, ਹਾਂਜੀ ਮਨੀਸ਼ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਬੜੀ ਮੰਦਭਾਗੀ ਗੱਲ ਹੈ ਜੀ, ਜਦੋਂ ਪੂਰਾ ਹਿੰਦੁਸਤਾਨ ਲੋਕਤੰਤਰ ਹੈ ਤੇ ਕੋਈ ਵੀ ਜਿੱਥੇ ਮਰਜ਼ੀ ਜਾ ਕੇ ਰਹਿ ਸਕਦਾ, ਜਿੱਥੇ ਮਰਜ਼ੀ ਜਾਇਦਾਦ ਬਣਾ ਸਕਦਾ ਜੀ। ਅਗਰ ਜੇ ਇਹ ਚੀਜ਼ਾਂ ਜਿਹੜੀਆਂ ਰਹਿਣਗੀਆਂ ਤੇ ਜਿਹੜੇ ਆਉਣ ਵਾਲਾ ਸਮਾਂ ਉਹ ਬਹੁਤ ਦੂਰ ਨਹੀਂ, ਜਿਹੜੀਆਂ ਅਸੀਂ ਰੋਜ਼ ਸੁਣਦੇ ਹਾਂ ਕਿ ਦੇਸ਼ ਦੇ ਵਿੱਚ ਛੇਤੀ ਹੀ ਵੇਖਿਓ ਜੇ ਇਹ ਬਹੁਤ ਜ਼ਿਆਦਾ ਖਤਰਨਾਕ ਦੇਸ਼ ਦੇ ਬਾਅਦ ਸਿੱਧ ਹੋਏਗਾ, ਦੇਸ਼ ਦੇ ਵਿੱਚ ਜਿਹੜੀ ਇਹ ਇੱਕ ਐਸੀ ਲੜਾਈ ਨਾ ਬੁੱਝਣ ਵਾਲੀ ਜਿਹੜੀ ਲੱਗੇਗੀ ਜਿਸ ਤਰ੍ਹਾਂ ਚੱਲ ਰਿਹਾ। ਇਹ ਹੁੰਦੀ ਹੈ ਕਿਰਤ ਘਣਤਾ, ਜਿਨ੍ਹਾਂ ਲੋਕਾਂ ਨੇ ਜਾ ਕੇ ਸਖ਼ਤ ਮਿਹਨਤ ਕਰਕੇ ਉੱਥੇ ਜ਼ਮੀਨਾਂ ਆਬਾਦ ਕੀਤੀ ਨੇ, ਆਪਣੀ ਰੋਜ਼ੀ ਰੋਟੀ ਕਮਾਰੇ ਨੇ, ਉਹਨਾਂ ਨੂੰ ਉੱਥੋਂ ਕੱਢਣਾ ਇਹ ਬਿਲਕੁਲ ਸੰਵਿਧਾਨਿਕ ਤੌਰ 'ਤੇ ਗਲਤ ਹੈ, ਦੇਸ਼ ਦੇ ਕਾਨਸਟੀਟਿਊਸ਼ਨ ਦੇ ਲੈਵਲ 'ਤੇ ਗਲਤ ਹੈ, ਇਨਸਾਨੀਅਤ ਨਾਤੇ ਵੀ ਗਲਤ ਹੈ। ਉਹਨਾਂ ਲੋਕਾਂ ਨੂੰ ਇਹ ਸ਼ਰਮ ਆਉਣੀ ਚਾਹੀਦੀ ਜਿਹੜੇ ਲੋਕ ਉਹਨਾਂ ਲੋਕਾਂ ਨੂੰ ਉੱਥੋਂ ਜ਼ਬਰਦਸਤੀ ਕੱਢ ਰਹੇ ਨੇ। ਬਿਲਕੁਲ ਜੀ, ਬਹੁਤ ਸ਼ਰਮ ਦੀ ਗੱਲ ਹੈ, ਕਿਉਂਕਿ 84 ਦੇ ਕੱਢੇ ਅਜੇ ਦਿੱਲੀ ਤੋਂ ਜਿਹੜੇ ਉਹ ਕਿਤੇ ਵੱਸ ਨਹੀਂ ਪਾਏ, ਉਹਨਾਂ ਦੇ ਅਜੇ ਚੁੱਲ੍ਹਿਆਂ ਦੇ ਵਿੱਚ ਪੂਰੀ ਤਰ੍ਹਾਂ ਜਿਹੜਾ ਸੇਕ ਨਹੀਂ ਆਇਆ, ਲੇਕਿਨ ਅੱਜ ਤੁਸੀਂ ਉਹਨਾਂ ਗੁਜਰਾਤ ਤੋਂ ਵੀ ਕੱਢਣਾ ਸ਼ੁਰੂ ਕਰ ਦਿੱਤਾ, ਕਿਹੜੇ ਪਾਸੇ ਜਾਣਗੇ ਇਹ ਲੋਕ, ਹੈਰਾਨਗੀ ਹੁੰਦੀ ਇਹਨਾਂ ਦੀ ਸੋਚ ਦੇ ਉੱਤੇ। ਮੋਦੀ ਸਰ ਬੋਧੀ ਚਾਹੀਦੀ ਨਜ਼ਰ ਆਉਣੀ। ਹੈਲੋ ਹੈਲੋ ਮਨੀਸ਼ ਵੀਰ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਵੀਰ ਜੀ, ਕੀ ਹਾਲ ਹੈ? ਬਸ ਵਧੀਆ ਜੀ, ਕੀ ਕਹਿਣਾ ਚਾਹੋਗੇ? ਬਸ ਮੇਰੇ ਵੀਰ ਛੋਟੇ, ਆਹ ਤੁਸੀਂ ਅੱਜ ਗੁਜਰਾਤ ਦਾ ਮੁੱਦਾ ਜਿਹੜਾ ਲੈ ਕੇ ਆਏ ਹੋ, ਮੁੱਦਾ ਬਹੁਤ ਵਧੀਆ, ਤੁਹਾਡਾ ਮੁੱਦਾ ਹਮੇਸ਼ਾ ਵਧੀਆ ਹੋਇਆ, ਤੁਸੀਂ ਅਸਲੀ ਪੰਜਾਬ ਦੇ ਮਾਂ ਦੇ ਪੁੱਤ ਹੋ। ਧੰਨਵਾਦ ਜੀ, ਪੂਰੀ ਫੀਲਿੰਗ ਹਮਦਰਦੀ ਪੰਜਾਬੀਆਂ ਨਾਲ ਰੱਖਦੇ ਹੋ। ਹਾਂਜੀ ਜੀ ਜੀ, ਮੈਂ ਵੀਰ ਜੀ ਸਿਰਫ ਤੁਹਾਨੂੰ ਪਰਸੋਂ ਚੌਥ ਕਰਨਾ ਸੀ, ਫੋਨ ਵਿੱਚ ਰਹਿ ਗਿਆ, ਇੱਕੋ ਹੀ ਬੇਨਤੀ ਆ ਜੀ,
ਦੇ ਥਰੂ ਆਪਣੇ ਪੰਜਾਬੀ ਵੀਰਾਂ ਨੂੰ ਸਪੈਸ਼ਲੀ ਸਿੱਖ ਵੀਰਾਂ ਭੈਣਾਂ ਵਸਦੀਆਂ ਦਿੱਲੀ ਵਾਲਿਆਂ ਨੂੰ ਕਿ ਰੱਬ ਦਾ ਵਾਸਤਾ ਦਿੱਲੀ ਵਿੱਚ ਆਮ ਪਾਰਟੀ ਨੂੰ ਵੋਟ ਪਾਓ। ਜੇ ਤੁਸੀਂ ਉੱਥੇ ਫਿਰ ਬੀਜੇਪੀ ਨੂੰ ਜਿਤਾਤਾ ਤੁਸੀਂ ਇੱਕਦਮ ਫਿਰ ਬਹੁਤ ਪਛਤਾਓਗੇ। ਬਿਲਕੁਲ ਸਹੀ ਸੰਕੇਤ ਹੈ ਜੀ ਤੁਹਾਡੇ, ਬਹੁਤ ਬਹੁਤ ਧੰਨਵਾਦ ਜੀ। ਪੋਲੀਟੀਸ਼ੀਅਨ ਆ ਜਾਏ ਦਿੱਲੀ ਦਾ ਤਖ਼ਤ ਦੇ ਮਾਲਕ, ਤੁਹਾਡੇ ਨਾਲ ਪੰਜਾਬੀਆਂ ਦਾ ਕੋਈ ਵੀ ਹੌਣ ਅਸਲੀ ਨਹੀਂ ਵਰਤੇਗਾ, ਇਹ ਮਨ ਦੇ ਕੋੜੇ ਨੇ ਤੇ ਕੋੜੇ ਰਹਿਣਗੇ। ਬਹੁਤ ਬਹੁਤ ਧੰਨਵਾਦ ਵੀਰ ਜੀ। ਦੋਸਤੋ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਲਈ ਰੁਕਦੇ ਹਾਂ, ਉਹ ਤੋਂ ਬਾਅਦ ਵਾਪਸ ਆਵਾਂਗੇ, ਲਵਾਂਗੇ ਤੁਹਾਡੀਆਂ ਕਾਲਸ, ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।